ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵੀ ਦੀ ਜੋਬ ਅਲਰਟ ਤੇ ਤਾਂ ਅੱਜ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਗੁਰਪਸੀ ਅਤੇ ਡੀ ਦੀਆਂ ਜਿਹੜੀਆਂ ਪੋਸਟ ਆਈਆਂ ਨੇ ਤਾਂ ਇਹਨਾਂ ਪੋਸਟਾਂ ਦੇ ਵੇਰਵੇ ਜਾਰੀ ਕੀਤੇ ਗਏ ਐ ਤੇ ਬਾਕੀ ਦੀਆਂ ਹੋਰ ਅਪਡੇਟਸ ਵੀ ਤੁਹਾਡੇ ਨਾਲ ਇਸੇ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਡੇਲੀ ਤੁਹਾਨੂੰ ਇਸੇ ਤਰ੍ਹਾਂ ਅਪਡੇਟਸ ਮਿਲਦੀਆਂ ਰਹਿਣ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਜੋ ਘੰਟੀ ਹੈ ਆਲ ਤੇ ਪ੍ਰੈਸ ਜਰੂਰ ਕਰ ਲਿਓ ਤਾਂ ਸ਼ੇਅਰ ਕਰਦੇ ਹਾਂ ਜੀ ਪੂਰੀ ਜਾਣਕਾਰੀ ਤਾਂ ਇਹ ਵੇਰਵੇ ਜਿਹੜੇ SSC ਸਟਾਫ ਸਿਲੈਕਸ਼ਨ ਕਮਿਸ਼ਨ ਦੇ ਵੱਲੋਂ ਜਾਰੀ ਕੀਤੇ ਗਏ ਐ ਜਿਦੇ ਵਿੱਚ MTP ਅਤੇ ਹਵਲਦਾਰ ਪੋਸਟਾਂ 2023 ਦੁਆਰਾ ਕੁੱਲ ਕਿੰਨੀਆਂ ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ ਕਮਿਸ਼ਨ ਨੇ ਇਹਦਾ ਪੂਰਵ ਵੇਰਵਾ ਦਿੱਤਾ ਹੈ ਸਟਾਫ ਸਿਲੈਕਸ਼ਨ ਕਮਿਸ਼ਨ ਨੇ SSC MTS ਦੇ ਹੋਲਦਾਰ ਪ੍ਰੀਖਿਆ 2023 ਲਈ ਸੋਦੀ ਹੋਈ ਅੰਤਿਮ ਅਸਾਮੀਆਂ ਦੀ ਸੂਚੀ ਜਾਰੀ ਕੀਤੀ ਹੈ ਗੈਰ ਤਕਨੀਕੀ ਸਟਾਫ ਅਤੇ ਹੋਲਦਾਰ CBIC ਅਤੇ CBN ਪ੍ਰੀਖਿਆ 2023 ਵੱਲੋਂ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਕਿੰਨੀ ਭਰਤੀ ਜੜੀ ਕੀਤੀ ਜਾਣੀ ਹੈ ਇਹਦੇ ਵੇਰਵੇ SSC ਦੇ ਵੱਲੋਂ ਆਪਣੀ ਆਫੀਸ਼ੀਅਲੀ ਵੈੱਬਸਾਈਟ ssc.nic.in ਇਹ ਸਾਈਟ ਤੇ ਜਿਹੜੇ ਵੇਰਵੇ ਆ ਉਹ ਦੇ ਦਿੱਤੇ ਗਏ ਐ ਅਪਡੇਟ ਕਰ ਦਿੱਤੇ ਗਏ ਐ ਕਿਉਂਕਿ ਇਹ ਜਿਹੜੀ ਇਨਫੋਰਮੇਸ਼ਨ ਐ ਸ਼ਾਰਟ ਦੇ ਵਿੱਚ ਆਈ ਐ ਸੋ ਪ੍ਰੀਖਿਆ ਦੇ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰ ਪੋਰਟਲ ਤੇ ਜਾ ਕੇ ਇਹ ਵੀ ਜਾਣ ਜਿਹੜੀ ਕਰ ਸਕਦੇ ਐ ਉਮੀਦਵਾਰਾਂ ਦੀ ਸਹੂਲਤ ਲਈ ਆਸਾਨ ਸਟੈਪਸ ਐ ਜਿਹੜੇ ਉਹਨਾਂ ਨੇ ਉੱਥੇ ਦਿੱਤੇ ਆਪਣੀ ਸਾਈਟ ਤੇ ਸਟਾਫ ਸਿਲੈਕਸ਼ਨ ਕਮਿਸ਼ਨ ਨੇ 1 ਸਤੰਬਰ ਤੋਂ 14 ਸਤੰਬਰ ਤੱਕ ਕਮਲਟੀ ਟਾਸਕਿੰਗ ਗੈਰ ਤਕਨੀਕੀ ਸਟਾਫ ਤੇ ਹੌਲਦਾਰ ਸੀਬੀਆਈਸੀ ਅਤੇ ਸੀਵੀਐਨ ਪ੍ਰੀਖਿਆ 2023 ਕੰਪਿਊਟਰ ਆਧਾਰਿਤ ਤੇ ਖੜੀ ਕਰਵਾਈ ਸੀ ਇਹ ਪ੍ਰੀਖਿਆ ਦੇਸ਼ ਭਰ ਦੇ ਵੱਖ-ਵੱਖ ਕੇਂਦਰਾਂ ਤੇ ਲਈ ਗਈ ਸੀ ਇਸ ਤੋਂ ਬਾਅਦ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ ਇਸ ਦੇ ਨਾਲ ਹੀ ਹੁਣ ਕਮਿਸ਼ਨ ਨੇ ਸੋਸੋਧਿਤ ਅੰਤਿਮ ਖਾਲੀ ਅਸਾਮੀਆਂ ਦੀ ਸੂਚੀ ਦਾ ਐਲਾਨ ਜਿਹੜਾ ਕੀਤਾ ਹੈ ਤਾਂ ਸਾਰੇ ਜਣ ਇਹਨਾਂ ਦੀ ਵੈਬਸਾਈਟ ਜੋ ਤੁਹਾਨੂੰ ਪਹਿਲਾਂ ਦੱਸੀ ਹੈ ਉਸ ਤੇ ਜਾ ਕੇ ਸਾਰੀ ਡਿਟੇਲ ਜਾਣਕਾਰੀ ਜਿਹੜੀ ਤੁਸੀਂ ਲੈ ਸਕਦੇ ਹੋ ਅਗਲੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਅਗਲੀਆ ਪੋਸਟਾਂ 'ਚ ਜੇ ਰੇਲਵੇ ਦੇ ਵਿੱਚ ਅਗਰ ਤੁਸੀਂ ਨੌਕਰੀ ਕਰਨੀ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਅਪਡੇਟ ਹੈ ਦੱਖਣੀ ਪੂਰਬੀ ਰੇਲਵੇ SCR ਨੇ ਖੇੜਕੋਟੇ ਤਹਿਤ ਗਰੁੱਪ ਸੀ ਅਤੇ ਡੀ ਦੀਆਂ ਅਸਾਮੀਆਂ ਲਈ ਅਪਲੀਕੇਸ਼ਨਾਂ ਜਿਹੜੀਆਂ ਮੰਗੀਆਂ ਨੇ ਜਿਹੜੇ ਵੀ ਉਮੀਦਵਾਰ ਇਹਨਾਂ ਅਸਾਮੀਆਂ ਤੇ ਅਪਲਾਈ ਕਰਨਾ ਚਾਹੁੰਦੇ ਐ ਤਾਂ ਉਹ ਇਹਨਾਂ ਦੀ ਆਫੀਸ਼ੀਅਲੀ ਵੈਬਸਾਈਟ drscr.co.in ਇਹ ਵੈਬਸਾਈਟ ਤੇ ਜਾ ਕੇ ਅਪਲਾਈ ਐ ਜਿਹੜਾ ਕਰ ਸਕਦੇ ਐ ਇਹਨਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਜਿਹੜੀ ਆਖਰੀ ਮਿਤੀ ਐ 26 ਦਸੰਬਰ 2023 ਤੱਕ ਐ ਭਾਰਤੀ ਦੀ ਅਪਲਾਈ ਕਰਨ ਦੀ ਆਖਰੀ ਮਿਤੀ ਲੰਘ ਜਾਣ ਤੋਂ ਬਾਅਦ ਤੁਹਾਨੂੰ ਅਪਲਾਈ ਕਰਨ ਦਾ ਮੌਕਾ ਜਿਹੜਾ ਨਹੀਂ ਮਿਲੇਗਾ ਇਸ ਭਰਤੀ ਤਹਿਤ ਕੁੱਲ 55 ਅਸਾਮੀਆਂ ਜਿਹੜੀਆਂ ਭਰੀਆਂ ਜਾਣੀਆਂ ਨੇ ਗਰੁੱਪ ਜੀ ਦੇ ਵਿੱਚ ਗਰੁੱਪ ਸੀ ਦੀਆਂ 21 ਅਤੇ ਗਰੁੱਪ ਡੀ ਦੀਆਂ 33 ਅਸਾਮੀਆਂ ਨੇ ਇਸ ਭਰਤੀ ਮਹਿੰਮ ਲਈ ਅਰਜੀ ਦੇਣ ਲਈ ਉਮੀਦਵਾਰ ਅਧਿਕਾਰਤ ਨੋਟੀਫਿਕੇਸ਼ਨ ਦੁਆਰਾ ਆਪਣੀ ਵਿਦਿਅਕ ਯੋਗਤਾ ਵੀ ਜਿਹੜੀ ਜਾਣ ਸਕਦੇ ਹਾਂ ਜੋ ਤੁਹਾਨੂੰ ਕੁਝ ਸਮਾਂ ਪਹਿਲਾਂ ਵੈਬਸਾਈਟ ਦੱਸੀ ਹੈ ਇਸ ਭਰਤੀ ਲਈ ਉਮਰ ਸੀਮਾ ਦੀ ਗੱਲ ਕਰੀਏ ਤਾਂ ਉਮਰ 18 ਤੋਂ ਲੈ ਕੇ 25 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਐਸ்சி ਐਸਟੀ ਓਬੀਸੀ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਵੱਧ ਵੱਧ ਉਮਰ ਸੀਮਾ ਦੇ ਵਿੱਚ ਛੂਟ ਹੈ ਜਿਹੜੀ ਉਹ ਨਹੀਂ ਮਿਲੇਗੀ ਸੁਅਤੇ ਨਹੀਂ ਮਿਲੇਗੀ ਲਿਖਿਆ ਗਿਆ ਇਸ ਭਰਤੀ ਲਈ ਜਿਹੜੀ ਅਰਜੀ ਫੀਸ ਹੈ ਜਿਹੜੀ ਇਹਦੇ ਵਿੱਚ ਰੱਖੀ ਗਈ ਹੈ ਜਨਰਲ OBC ਸ਼੍ਰੇਣੀ ਦੇ ਉਮੀਦਵਾਰ ਨੇ ਜਿਹੜੇ ਉਹਨਾਂ ਨੂੰ 500 ਰੁਪਏ SC ST EX ਜਿਹੜੇ ਉਮੀਦਵਾਰ ਨੇ ਤਾਂ ਉਹਨਾਂ ਨੂੰ 250 ਰੁਪਏ ਫੀਸ ਹੈ ਜਿਹੜੀ ਇਹਦੇ ਵਿੱਚ ਰੱਖੀ ਗਈ ਹੈ ਅੱਗੇ ਫੀਸ ਸਬਮਿਟ ਹੈ ਜਿਹੜੀ ਤੁਸੀਂ IPO ਜਾਂ ਫਿਰ ਬੈਂਕ ਡਰਾਫਟ ਰਾਹੀਂ ਕੀਤਾ ਜਾਣਾ ਹੈ ਬੈਂਕ ਡਰਾਫਟ IPO FAC AO ਦੱਖਣੀ ਪੂਰਬੀ ਰੇਲਵੇ ਗਾਰਡਨ ਰੀਚ 700043 ਤਾਂ ਇਹਦੇ ਵਿੱਚ ਜਿਹੜਾ ਤੁਸੀਂ ਆਪਣੀ ਫੀਸ ਹੈ ਜਿਹੜੀ ਸਬਮਿਟ ਕਰਨੀ ਹੈ ਅਰਜੀ ਫਾਰਮ ਜਿਹੜਾ ਜਿੱਥੇ ਤੁਸੀਂ ਭੇਜਣਾ ਹੈ ਤਾਂ ਇਹ ਸਾਰਾ ਐਡਰੈਸ ਜਿਹੜਾ ਇਹਦੇ ਵਿੱਚ ਮੈਂਸ਼ਨ ਕੀਤਾ ਗਿਆ ਤਾਂ ਜੋ ਵੀ ਉਮੀਦਵਾਰ ਇਹਨਾਂ ਪੋਸਟਾਂ ਲਈ ਅਪਲਾਈ ਕਰਨਾ ਚਾਹੁੰਦੇ ਆ ਅਪਲਾਈ ਇਹ ਜਿਹੜਾ ਕਰ ਸਕਦੇ ਸੋ ਇਹ ਅੱਜ ਦੀਆਂ ਅਪਡੇਟਸ ਨੇ ਬਾਕੀ ਅੱਗੇ ਜੋ ਅਪਡੇਟਸ ਹੋਣਗੀਆਂ ਸਮੇਂ ਸਿਰ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਚੈਨਲ ਨਾਲ ਜੁੜੇ ਰਹੋ ਧੰਨਵਾਦ